ਜਿੱਥੇ ਇੱਕ ਪਾਸੇ ਪਹਾੜਾਂ ਦੇ ਵਿੱਚ ਲੈਂਡਸਲਾਈਡ ਹੋ ਰਹੀ ਹੈ, ਦੂਜੇ ਬੰਨੇ ਸੜਕ ਦੇ ਕਿਨਾਰੇ ਤੇ ਬਣੀਆਂ ਸਲੈਬਾਂ ਵੀ ਡਿੱਗ ਰਹੀਆਂ ਨੇ। ਜ਼ਰਾ ਗੌਰ ਦੇ ਨਾਲ ਦੇਖੋ ਇਹ ਤਸਵੀਰਾਂ। ਪਹਾੜਾਂ ਦੇ ਵਿੱਚ ਸਲੈਬਾਂ ਡਿੱਗ ਚੁੱਕੀਆਂ ਨੇ, ਖੌਫਨਾਕ ਮੰਜ਼ਰ ਕੈਮਰੇ ਦੇ ਵਿੱਚ ਕੈਦ ਹੋਇਆ। ਲਗਾਤਾਰ ਇੱਥੇ ਸਲੈਬਾਂ ਇਸ ਤਰੀਕੇ ਦੇ ਨਾਲ ਡਿੱਗ ਰਹੀਆਂ ਨੇ, ਹਾਈਵੇ ਤੇ ਲਗਾਤਾਰ ਖਤਰਾ ਮੰਡਰਾਇਆ ਹੋਇਆ। ਹਿਮਾਚਲ ਦੇ ਮੰਡੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। 4 ਮੀਲ ਦੇ ਕੋਲ ਇਹ ਜ਼ਮੀਨ ਥੱਲੇ ਧੱਸ ਗਈ ਔਰ ਮਲਬਾ ਜਿਹੜਾ ਇਹਨਾਂ ਕੈਮਰੇ ਦੇ ਵਿੱਚ ਕੈਦ ਹੋਇਆ ਹੈ। ਸੜਕ ਦੇ ਇੱਕ ਪਾਸੇ ਪਹਾੜ ਨੇ, ਦੂਜੇ ਪਾਸੇ ਸਲੈਬਾਂ ਬਣੀਆਂ ਹੋਈਆਂ ਨੇ। ਜਿੱਥੇ ਥੱਲੇ ਨੂੰ ਢਲਾਣ ਹੈ ਤਾਂ ਉੱਥੇ ਸਲੈਬਾਂ ਡਿੱਗ ਚੁੱਕੀਆਂ ਨੇ, ਜਿਸ ਕਾਰਨ ਆਮ ਆਵਾਜਾਈ ਠੱਪ ਹੋਣ ਦੇ ਕਿਨਾਰੇ ਤੇ ਹੈ। ਕਿਸੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਇਹ ਤਸਵੀਰਾਂ ਕੈਦ ਕੀਤੀਆਂ ਨੇ। ਤਾਂ ਇਸ ਹਾਈਵੇ ਤੇ ਲਗਾਤਾਰ ਖਤਰਾ ਮੰਡਰਾਇਆ ਹੋਇਆ, ਸਲੈਬਾਂ ਡਿੱਗ ਰਹੀਆਂ ਨੇ, ਪਹਾੜਾਂ ਦੇ ਵਿੱਚ ਖਤਰਾ ਲਗਾਤਾਰ ਬਣਿਆ ਹੋਇਆ। ਤੁਸੀਂ ਘੁੰਮਣ ਦੀ ਸੋਚ ਰਹੇ ਹੋ ਜਾਂ ਉੱਥੇ ਜਾ ਚੁੱਕੇ ਹੋ ਤਾਂ ਇਹ ਖਬਰ ਤੁਹਾਡੇ ਲਈ ਜਾਣਨੀ ਬੜੀ ਜ਼ਰੂਰੀ ਹੈ। ਹਿਮਾਚਲ ਦੇ ਮੰਡੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਜ਼ਮੀਨ ਧੱਸਦੀ ਜਾ ਰਹੀ ਹੈ ਔਰ ਲੋਕਾਂ ਦੀ ਜਾਨ ਮੁੱਠੀ ਦੇ ਵਿੱਚ ਆਈ ਹੋਈ ਹੈ, ਕਿਉਂਕਿ ਲਗਾਤਾਰ ਇਸ ਸੜਕ ਦੇ ਉੱਤੋਂ ਦੀ ਕਾਰਾਂ ਲੰਘ ਰਹੀਆਂ ਨੇ ਔਰ ਸੜਕ ਦੇ ਕਿਨਾਰੇ ਤੇ ਜ਼ਮੀਨ ਲਗਾਤਾਰ ਧੱਸਦੀ ਜਾ ਰਹੀ ਹੈ। ਮੌਕੇ ਦਾ ਵੀਡੀਓ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਸੇ ਪਹਾੜਾਂ ਦੇ ਵਿੱਚ ਲੈਂਡਸਲਾਈਡ ਹੋ ਰਹੀ ਹੈ, ਦੂਜੇ ਬੰਨੇ ਸੜਕ ਦੇ ਕਿਨਾਰੇ ਤੇ ਬਣੀਆਂ ਸਲੈਬਾਂ ਵੀ ਡਿੱਗ ਰਹੀਆਂ ਨੇ। ਜ਼ਰਾ ਗੌਰ ਦੇ ਨਾਲ ਦੇਖੋ ਇਹ ਤਸਵੀਰਾਂ। ਪਹਾੜਾਂ ਦੇ ਵਿੱਚ ਸਲੈਬਾਂ ਡਿੱਗ ਚੁੱਕੀਆਂ ਨੇ, ਖੌਫਨਾਕ ਮੰਜ਼ਰ ਕੈਮਰੇ ਦੇ ਵਿੱਚ ਕੈਦ ਹੋਇਆ। ਲਗਾਤਾਰ ਇੱਥੇ ਸਲੈਬਾਂ ਇਸ ਤਰੀਕੇ ਦੇ ਨਾਲ ਡਿੱਗ ਰਹੀਆਂ ਨੇ, ਹਾਈਵੇ ਤੇ ਲਗਾਤਾਰ ਖਤਰਾ ਮੰਡਰਾਇਆ ਹੋਇਆ। ਹਿਮਾਚਲ ਦੇ ਮੰਡੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। 4 ਮੀਲ ਦੇ ਕੋਲ ਇਹ ਜ਼ਮੀਨ ਥੱਲੇ ਧੱਸ ਗਈ ਔਰ ਮਲਬਾ ਜਿਹੜਾ ਇਹਨਾਂ ਕੈਮਰੇ ਦੇ ਵਿੱਚ ਕੈਦ ਹੋਇਆ ਹੈ। ਸੜਕ ਦੇ ਇੱਕ ਪਾਸੇ ਪਹਾੜ ਨੇ, ਦੂਜੇ ਪਾਸੇ ਸਲੈਬਾਂ ਬਣੀਆਂ ਹੋਈਆਂ ਨੇ। ਜਿੱਥੇ ਥੱਲੇ ਨੂੰ ਢਲਾਣ ਹੈ ਤਾਂ ਉੱਥੇ ਸਲੈਬਾਂ ਡਿੱਗ ਚੁੱਕੀਆਂ ਨੇ, ਜਿਸ ਕਾਰਨ ਆਮ ਆਵਾਜਾਈ ਠੱਪ ਹੋਣ ਦੇ ਕਿਨਾਰੇ ਤੇ ਹੈ। ਕਿਸੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਇਹ ਤਸਵੀਰਾਂ ਕੈਦ ਕੀਤੀਆਂ ਨੇ। ਤਾਂ ਇਸ ਹਾਈਵੇ ਤੇ ਲਗਾਤਾਰ ਖਤਰਾ ਮੰਡਰਾਇਆ ਹੋਇਆ, ਸਲੈਬਾਂ ਡਿੱਗ ਰਹੀਆਂ ਨੇ, ਪਹਾੜਾਂ ਦੇ ਵਿੱਚ ਖਤਰਾ ਲਗਾਤਾਰ ਬਣਿਆ ਹੋਇਆ। ਤੁਸੀਂ ਘੁੰਮਣ ਦੀ ਸੋਚ ਰਹੇ ਹੋ ਜਾਂ ਉੱਥੇ ਜਾ ਚੁੱਕੇ ਹੋ ਤਾਂ ਇਹ ਖਬਰ ਤੁਹਾਡੇ ਲਈ ਜਾਣਨੀ ਬੜੀ ਜ਼ਰੂਰੀ ਹੈ। ਹਿਮਾਚਲ ਦੇ ਮੰਡੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਜ਼ਮੀਨ ਧੱਸਦੀ ਜਾ ਰਹੀ ਹੈ ਔਰ ਲੋਕਾਂ ਦੀ ਜਾਨ ਮੁੱਠੀ ਦੇ ਵਿੱਚ ਆਈ ਹੋਈ ਹੈ, ਕਿਉਂਕਿ ਲਗਾਤਾਰ ਇਸ ਸੜਕ ਦੇ ਉੱਤੋਂ ਦੀ ਕਾਰਾਂ ਲੰਘ ਰਹੀਆਂ ਨੇ ਔਰ ਸੜਕ ਦੇ ਕਿਨਾਰੇ ਤੇ ਜ਼ਮੀਨ ਲਗਾਤਾਰ ਧੱਸਦੀ ਜਾ ਰਹੀ ਹੈ। ਮੌਕੇ ਦਾ ਵੀਡੀਓ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਸੇ ਪਹਾੜਾਂ ਦੇ ਵਿੱਚ ਲੈਂਡਸਲਾਈਡ ਹੋ ਰਹੀ ਹੈ, ਦੂਜੇ ਬੰਨੇ ਸੜਕ ਦੇ ਕਿਨਾਰੇ ਤੇ ਬਣੀਆਂ ਸਲੈਬਾਂ ਵੀ ਡਿੱਗ ਰਹੀਆਂ ਨੇ। ਜ਼ਰਾ ਗੌਰ ਦੇ ਨਾਲ ਦੇਖੋ ਇਹ ਤਸਵੀਰਾਂ। ਪਹਾੜਾਂ ਦੇ ਵਿੱਚ ਸਲੈਬਾਂ ਡਿੱਗ ਚੁੱਕੀਆਂ ਨੇ, ਖੌਫਨਾਕ ਮੰਜ਼ਰ ਕੈਮਰੇ ਦੇ ਵਿੱਚ ਕੈਦ ਹੋਇਆ। ਲਗਾਤਾਰ ਇੱਥੇ ਸਲੈਬਾਂ ਇਸ ਤਰੀਕੇ ਦੇ ਨਾਲ ਡਿੱਗ ਰਹੀਆਂ ਨੇ, ਹਾਈਵੇ ਤੇ ਲਗਾਤਾਰ ਖਤਰਾ ਮੰਡਰਾਇਆ ਹੋਇਆ। ਹਿਮਾਚਲ ਦੇ ਮੰਡੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। 4 ਮੀਲ ਦੇ ਕੋਲ ਇਹ ਜ਼ਮੀਨ ਥੱਲੇ ਧੱਸ ਗਈ ਔਰ ਮਲਬਾ ਜਿਹੜਾ ਇਹਨਾਂ ਕੈਮਰੇ ਦੇ ਵਿੱਚ ਕੈਦ ਹੋਇਆ ਹੈ। ਸੜਕ ਦੇ ਇੱਕ ਪਾਸੇ ਪਹਾੜ ਨੇ, ਦੂਜੇ ਪਾਸੇ ਸਲੈਬਾਂ ਬਣੀਆਂ ਹੋਈਆਂ ਨੇ। ਜਿੱਥੇ ਥੱਲੇ ਨੂੰ ਢਲਾਣ ਹੈ ਤਾਂ ਉੱਥੇ ਸਲੈਬਾਂ ਡਿੱਗ ਚੁੱਕੀਆਂ ਨੇ, ਜਿਸ ਕਾਰਨ ਆਮ ਆਵਾਜਾਈ ਠੱਪ ਹੋਣ ਦੇ ਕਿਨਾਰੇ ਤੇ ਹੈ। ਕਿਸੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਇਹ ਤਸਵੀਰਾਂ ਕੈਦ ਕੀਤੀਆਂ ਨੇ। ਤਾਂ ਇਸ ਹਾਈਵੇ ਤੇ ਲਗਾਤਾਰ ਖਤਰਾ ਮੰਡਰਾਇਆ ਹੋਇਆ, ਸਲੈਬਾਂ ਡਿੱਗ ਰਹੀਆਂ ਨੇ, ਪਹਾੜਾਂ ਦੇ ਵਿੱਚ ਖਤਰਾ ਲਗਾਤਾਰ ਬਣਿਆ ਹੋਇਆ। ਤੁਸੀਂ ਘੁੰਮਣ ਦੀ ਸੋਚ ਰਹੇ ਹੋ ਜਾਂ ਉੱਥੇ ਜਾ ਚੁੱਕੇ ਹੋ ਤਾਂ ਇਹ ਖਬਰ ਤੁਹਾਡੇ ਲਈ ਜਾਣਨੀ ਬੜੀ ਜ਼ਰੂਰੀ ਹੈ। ਹਿਮਾਚਲ ਦੇ ਮੰਡੀ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ
ਜ਼ਮੀਨ ਧਸਦੀ ਜਾ ਰਹੀ ਹੈ ਔਰ ਲੋਕਾਂ ਦੀ ਜਾਨ ਮੁੱਠੀ ਦੇ ਵਿੱਚ ਆਈ ਹੋਈ ਹੈ ਕਿਉਂਕਿ ਲਗਾਤਾਰ ਇਸ ਸੜਕ ਦੇ ਉੱਤੋਂ ਦੀ ਕਾਰਾਂ ਲੰਘ ਰਹੀਆਂ ਨੇ ਔਰ ਸੜਕ ਦੇ ਕਿਨਾਰੇ ਤੇ ਜ਼ਮੀਨ ਲਗਾਤਾਰ ਧਸਦੀ ਜਾ ਰਹੀ ਹੈ। ਮੌਕੇ ਦਾ ਵੀਡੀਓ ਸਾਹਮਣੇ ਆਇਆ ਹੈ।